ਹੁਸ਼ਿਆਰਪੁਰ ਚ ਕਿਸਾਨ ਨੇ ਵਾਹੀ 2.5 ਕਿੱਲੇ ਮੂੰਗੀ ਦੀ ਫਸਲ, ਨਕਲੀ ਬੀਜ ਅਤੇ ਕੀਟਨਾਸ਼ਕ ਦਵਾਈ ਕਾਰਨ ਫਸਲ ਨੂੰ ਪਈ ਸੁੰਡੀ। ਤਸਵੀਰਾਂ ਹੁਸ਼ਿਆਰਪੁਰ ਦੇ ਪਿੰਡ ਜਾਜਾ ਦੀਆਂ ਨੇ, ਜਿੱਥੇ ਕਿ ਇੱਕ ਕਿਸਾਨ ਵੱਲੋਂ ਪੰਜਾਬ ਸਰਕਾਰ ਦੁਆਰਾ ਮੂੰਗੀ ਦੀ ਫਸਲ ਤੇ MSP ਦਿੱਤੇ ਜਾਣ ਦੇ ਕੀਤੇ ਐਲਾਨ ਤੋਂ ਬਾਅਦ ਕਰੀਬ 2.5 ਕਿੱਲੇ ਜਗ੍ਹਾ 'ਚ ਮੂੰਗੀ ਦੀ ਫਸਲ ਬੀਜੀ ਗਈ ਸੀ ਤੇ ਕਿਸਾਨ ਕੁਲਵਿੰਦਰ ਸਿੰਘ ਵੱਲੋਂ ਫਸਲ ਤੇ ਹਰ ਇੱਕ ਸਪਰੇਅ ਅਤੇ ਕੀਟਨਾਸ਼ਕ ਦਵਾਈਆਂ ਦੀ ਭਰਪੂਰ ਵਰਤੋਂ ਕੀਤੀ ਗਈ ਸੀ, ਪਰੰਤੂ ਬਾਵਜੂਦ ਇਸ ਤੇ ਮੂੰਗੀ ਦੀ ਫਸਲ ਖਰਾਬ ਹੋ ਗਈ, ਜਿਸ ਕਾਰਨ ਅੱਜ ਕਿਸਾਨ ਵੱਲੋਂ ਮਜਬੂਰ ਹੋ ਕੇ ਦੁਖੀ ਮਨ ਨਾਲ 2.5 ਕਿੱਲੇ ਮੂੰਗੀ ਦੀ ਫਸਲ ਵਾਹ ਦਿੱਤੀ ਗਈ। ਇਸ ਮੌਕੇ ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਵੀ ਪਹੁੰਚੇ, ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਤੇ ਵਰਦਿਆਂ ਕਿਹਾ ਗਿਆ ਕਿ ਸਰਕਾਰ ਵੱਲੋਂ MSP ਦੇਣ ਦਾ ਐਲਾਨ ਤਾਂ ਕਰ ਦਿੱਤਾ ਗਿਆ, ਪਰੰਤੂ ਨਕਲੀ ਬੀਜ਼ਾਂ ਅਤੇ ਨਕਲੀ ਕੀਟਨਾਸ਼ਕ ਦਵਾਈਆਂ ਤੇ ਸਰਕਾਰ ਕਦੋਂ ਸਖ਼ਤ ਰੁੱਖ ਅਪਣਾਏਗੀ। ਉਹਨਾਂ ਕਿਹਾ ਕਿ ਫਸਲ ਨੂੰ ਪੈਣ ਵਾਲੀ ਸੁੰਡੀ ਤੇ ਕਿਸੇ ਵੀ ਦਵਾਈ ਅਤੇ ਸਪਰੇਅ ਦਾ ਕੋਈ ਅਸਰ ਨਹੀਂ ਹੋਇਆ, ਜਿਸ ਕਾਰਨ ਅੱਜ ਕਿਸਾਨ ਨੂੰ ਇਹ ਕਦਮ ਚੁੱਕਣਾ ਪਿਆ ਹੈ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਸੋ ਦੋਸਤੋ, ਪਿੰਡ ਜਾਜਾ ਦੇ ਵਿੱਚ ਖੜੇ ਆ, ਕੁਲਵਿੰਦਰ ਸਿੰਘ ਭਾਗੂ ਦਾ ਇਹ ਖੇਤ ਆ, 2.5-3 ਕਿੱਲਿਆਂ ਦਾ ਪਲਾਟ ਹੈਗਾ ਏ, ਔਰ ਮੂੰਗੀ ਦੀ ਫਸਲ ਬੀਜੀ ਸੀ ਔਰ ਮੂੰਗੀ ਦੀ ਫਸਲ ਦਾ ਬੀਜ ਮਾੜਾ ਨਿਕਲ ਗਿਆ, ਦਵਾਈਆਂ ਦੇ ਅਸਰ ਨਹੀਂ ਕੀਤਾ, ਤੇ ਜਾਂ ਇਹ ਸੁੰਡੀ ਜਿਹੜੀ ਆ ਹਰੇ ਰੰਗ ਦੀ ਮੇਰੇ ਹੱਥ ਤੇ ਪਈ ਆ, ਔਰ ਸਪਰੇ ਕਰਨ ਦੇ ਬਾਵਜੂਦ ਵੀ ਇਹ ਸੁੰਡੀਆਂ ਨਹੀਂ ਮਰ ਰਹੀਆਂ। ਨਕਲੀ ਕੀਟਨਾਸ਼ਕ ਦਵਾਈਆਂ, ਨਕਲੀ ਸਪਰੇਆਂ, ਨਕਲੀ ਬੀਜ, ਨਕਲੀ ਖਾਦਾਂ ਦੇ ਕਾਰਨ ਅੱਜ ਜਿਹੜੀ ਆ ਮੂੰਗੀ ਦੇ ਖੇਤ ਨੂੰ ਅੱਜ ਵਾਹੀ ਕਰ ਰਿਹਾ ਆ। 2.5 ਕਿੱਲਿਆਂ ਦੇ ਕਰੀਬ ਜਿਹੜਾ ਇਹ ਖੇਤ ਦਾ ਪਲਾਟ ਆ, ਹੋਰ ਵੀ ਇਹਦੇ ਪਿੰਡ ਦੇ ਵਿੱਚ ਇਹਨੇ ਜਿਹੜੀ ਆ ਮੂੰਗੀ ਦੀ ਫਸਲ ਬੀਜੀ ਹੋਈ ਆ, ਪਰ ਦੁੱਖ ਲੱਗਦਾ ਹੈ ਕਿ ਜਦੋਂ ਮਿਹਨਤ ਕਰਕੇ ਫਸਲ ਨੂੰ ਪੁੱਤਾਂ ਵਾਂਗੂ ਪਾਲਿਆ ਹੋਵੇ ਅਤੇ ਉਹਨੂੰ ਸਿਰੇ 'ਤੇ ਆਈ ਨੂੰ ਜਵਾਨੀ ਦੇ ਵਿੱਚ ਕਿਸੇ ਫਸਲ ਨੂੰ ਵਾਹੁਣਾ ਪੈ ਜਾਵੇ ਅਤੇ ਬੜੀ ਮਨ ਨੂੰ ਜਿਹੜੀ ਆ ਠੇਸ ਲੱਗਦੀ ਹੈ। ਤੋ ਅੱਜ ਵੀਰ ਨੇ ਵਾਹਿਆ, ਇਹਦਾ 1.5 ਤੋਂ 2 ਲੱਖ ਰੁਪਏ ਦਾ ਜਿਹੜਾ ਨੁਕਸਾਨ ਹੋਇਆ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਫਸਲੀ ਵਿਭਿੰਨਤਾ ਤੁਸੀਂ ਲਿਆਉਣੀ ਹੈ, ਸੁੱਕਾ ਝੋਨਾ ਵੀ ਤੁਸੀਂ ਬਿਜਾਉਣਾ ਆ, ਅਤੇ ਉਹਦੇ ਵੱਲ ਵੀ ਸੁੱਕੇ ਝੋਨੇ ਵੱਲ ਵੀ ਹੁਣ ਜਾ ਕੇ ਝਾਤ ਮਾਰ ਲਓ ਖੇਤਾਂ ਦੇ ਵਿੱਚ, ਉਹਦਾ ਹਾਲ ਕੀ ਹੋਇਆ ਪਿਆ ਸੁੱਕੇ ਝੋਨੇ ਦਾ, ਜਿਹਦੀ ਤੁਸੀਂ ਦੁਹਾਈ ਦਿੰਦੇ ਸੀ ਕਿ 1000 ਰੁਪਈਆ ਅਸੀਂ ਏਕੜ ਦਾ ਜਿਹੜਾ ਆ ਉਹ ਇਹਨਾਂ ਨੂੰ ਜਿਹੜੀ ਸਹਾਇਤਾ ਦੇਵਾਂਗੇ, ਔਰ ਇਸ ਕਿਸਾਨ ਨੂੰ ਕੀ ਸਹਾਇਤਾ ਦਿੰਦੇ ਆ ਜਿਹਨੇ ਆਪਣੀ ਪੂਰੀ ਫਸਲ ਜਿਹੜੀ ਆ ਮੂੰਗੀ ਦੀ ਵਾਹ ਦਿੱਤੀ ਆ। ਸੋ ਸਾਡੇ ਇਹਨਾਂ ਵੀਰਾਂ ਨੂੰ ਬਣਦਾ ਮੁਆਵਜ਼ਾ ਜਿਹੜਾ ਸਰਕਾਰ ਦੇਵੇ, ਜੇਕਰ ਬਣਦਾ ਮੁਆਵਜ਼ਾ ਸਰਕਾਰ ਨੇ ਨਾ ਦਿੱਤਾ ਤੇ ਅਸੀਂ ਬਿਲਕੁਲ ਦੁਆਬਾ ਕਿਸਾਨ ਕਮੇਟੀ ਪੰਜਾਬ ਅਸੀਂ ਇਹਨਾਂ ਦੇ ਖਿਲਾਫ ਮੁਹਿੰਮ ਬਿੰਨਾਂਗੇ ਔਰ ਇਹਨਾਂ ਦੇ ਖਿਲਾਫ ਡਟ ਕੇ ਅਸੀਂ ਜਿਹੜੀ ਆ ਲੜਾਈ ਕਰਾਂਗੇ ਤਾਂ ਇਸ ਪੀੜਿਤ ਕਿਸਾਨ ਨੂੰ ਇਹਨਾਂ ਦਾ ਹੱਕ ਦਵਾਵਾਂਗੇ।